ਕੀਤਾ ਗਿਆ ਹੈ ਬੇਟੀਆਂ ਜਾਂ ਜਿਹੜੇ ਆਪਣੇ ਕੁੜੀਆਂ ਹੈ ਡੇਢ ਲੱਖ ਰੁਪਏ ਪ੍ਰੋਮੋ ਦਿੰਦੇ ਹੋਏ ਡਿਪਾਰਟਮੈਂਟਾਂ ਦੇ ਹੋਰ ਵੀ ਜਿਹੜੀਆਂ ਤੁਸੀਂ ਰੈਡੀਮੇਡ ਲੈ ਕੇ ਆਉਂਦਾ ਗੱਲਾਂ ਨੂੰ ਅੱਗੇ ਲੈ ਕੇ ਚੱਲਣ ਜੋ ਕਲਾਸ ਮਹਾਤਮਾ ਗਾਂਧੀ ਜੀ ਦੇ 150ਵੇਂ ਜਨਮ ਦਿਨ ਮੌਕੇ ਨਗਰ ਕੌਂਸਲ ਤਰਨ ਤਾਰਨ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਹਲਕਾ ਵਿਧਾਇਕ ਡਾਕਟਰ ਧਰਮਵੀਰ ਅਗਨੀਹੋਤਰੀ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਬਰਵਾਲ ਤੋਂ ਇਲਾਵਾ ਹੋਰ ਪ੍ਰਸ਼ਾਸਨਿਕ ਅਧਿਕਾਰੀ ਤੇ ਸਕੂਲ ਵਿਦਿਆਰਥੀ ਮੌਕੇ ਤੇ ਹਾਜ਼ਰ ਹੋਏ ਇਸ ਮੌਕੇ ਗਾਂਧੀ ਜੀ ਦੇ ਜੀਵਨੀ ਤੇ ਚਾਨਣਾ ਪਾਇਆ ਗਿਆ ਅਤੇ ਸਵੱਛ ਭਾਰਤ ਮੁਹਿੰਮ ਤਹਿਤ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਇਸ ਮੌਕੇ ਡੀਸੀ ਤਰਨ ਤਾਰਨ ਅਤੇ ਹਲਕਾ ਵਿਧਾਇਕ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਫਾਈ ਮੁਹਿੰਮ ਤਹਿਤ ਘਰਾਂ ਮੁਹੱਲਿਆਂ ਦਫ਼ਤਰਾਂ ਦੀ ਸਫਾਈ ਕਰਨ ਅਤੇ ਪੋਲੀਥੀਨ ਦੀ ਵਰਤੋਂ ਨਾ ਕਰਨ ਉਹ ਔਰਗਨਾਈਜ਼ ਕੀਤੀ ਗਈ ਹੈ ਜਿਸ ਦੇ ਵਿੱਚ ਸਾਰੀਆਂ ਸਾਡੀਆਂ ਜਿਹੜੀਆਂ ਗ੍ਰਾਮ ਪੰਚਾਇਤ ਹੈਗੀਆਂ ਵੈ ਜਿੱਥੇ ਮਿਊਂਸੀਪਲ ਕੌਂਸਲ ਦੇ ਸਾਰੇ ਜਿਹੜੇ ਵਾਸੀ ਨੇ ਉਹ ਔਫਿਸਰ ਨੇ ਐਨ ਜੀ ਓਜ਼ ਨੇ ਸਾਰੇ ਇਕੱਠੇ ਹੋ ਕੇ ਪਲੋਗਿੰਗ ਕਰਨਗੇ ਜਿੱਥੇ ਵੀ ਉਹਨਾਂ ਦੇ ਰਸਤੇ ਦੇ ਵਿੱਚ ਕਿਤੇ ਉਹਨਾਂ ਨੂੰ ਪਲਾਸਟਿਕ ਮਿਲਦੀ ਉਹਨੂੰ ਉਠਾਉਣਗੇ ਇੱਕ ਜਗ੍ਹਾ 'ਤੇ ਸਾਰੀਆਂ ਇਕੱਠੀਆਂ ਕੀਤੀਆਂ ਨੇ ਇਸ ਜ਼ਿਲ੍ਹੇ ਦੀਆਂ 575 ਪੰਚਾਇਤਾਂ ਉਹਨਾਂ ਦੇ ਵਿੱਚ ਵੀ ਸਿਮਿਲਰਲੀ ਪਲੋਗਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਉਹ ਅਤੇ ਨਾਲ ਨਾਲ ਜਿਹੜਾ ਟੋਟਲ ਇਹਦੇ ਵਿੱਚ ਕੋਈ 100 ਔਫਿਸਰ ਹੈ ਜਿਹੜਾ ਇਹਦੇ ਵਿੱਚ ਲਗਾਇਆ ਗਿਆ ਵੱਖ ਵੱਖ ਨੋਡਲ ਔਫਿਸਰ ਬਣਵਾਏ ਗਏ ਨੇ ਉਹ ਸਾਰੇ ਜ਼ਿਲ੍ਹੇ ਦੇ ਵਿੱਚ ਇਹਦੇ ਪ੍ਰੋਗਰਾਮਾਂ ਨੂੰ ਜਿਹੜਾ ਪ੍ਰੋਗਰਾਮ ਨੂੰ ਕਾਮਯਾਬ ਕਰਨ ਦੇ ਵਿੱਚ ਕਰਨਗੇ ਇਸ ਤੋਂ ਬਾਅਦ ਇੱਕ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦਾ ਕੈਂਪ ਜਿਹੜਾ ਹੈ ਉਹ ਵੀ ਲਾਇਆ ਗਿਆ ਹੈ ਕਿ ਜਿਹਨਾਂ ਦੇ ਬੈਨੀਫਿਟਸ ਹੈ ਅੱਜ ਦਿਨ ਦੇ ਉਹਨਾਂ ਨੂੰ ਜਿਹੜੇ ਉਹ ਬੈਨੀਫਿਟਸ ਵੀ ਅੱਜ ਜਿਹੜੇ ਉਹਨਾਂ ਦੇ ਲਾਭ ਹੈ ਉਹਨਾਂ ਨੂੰ ਵੀ ਜਿਹੜੇ ਸੈਂਕਸ਼ਨ ਕਰਕੇ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਸਾਰੇ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਮਹਾਤਮਾ ਗਾਂਧੀ ਜੀ ਦਾ 150ਵਾਂ ਜਿਹੜਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਵਾ ਔਰ ਖਾਸ ਕਰਕੇ ਜਿਹੜਾ ਪਲਾਸਟਿਕ ਜਿਹੜਾ ਸਿੰਗਲ ਯੂਜ਼ ਪਲਾਸਟਿਕ ਆ ਉਹਨੂੰ ਸ਼ਹਿਰ 'ਚੋਂ ਖਤਮ ਕਰਨ ਦੇ ਲਈ ਇੱਕ ਡੀ ਸਾਹਿਬ ਨੇ ਬਹੁਤ ਵਧੀਆ ਜਿਹੜੀ ਮੁਹਿੰਮ ਚਲਾਈ ਆ ਮੈਨੂੰ ਆਸ ਆ ਕਿ ਸਾਡੇ ਸ਼ਹਿਰ ਵਾਸੀ ਸਾਡਾ ਬਹੁਤ ਸਹਿਯੋਗ ਦੇਣਗੇ ਔਰ ਇਸ ਮਹੀਨੇ ਦੇ ਵਿੱਚ ਤੁਸੀਂ ਨਹੀਂ ਦੇਖੋਗੇ ਵੀ ਸ਼ਹਿਰ ਦੇ ਵਿੱਚ ਜਿਹੜੀਆਂ ਨੇ ਪਲਾਸਟਿਕ ਦੀ ਵਰਤੋਂ ਨਹੀਂ ਕਰਾਂਗੇ ਅਸੀਂ ਤਾਂ ਜੋ ਕਿ ਸਾਡਾ ਵਾਤਾਵਰਨ ਸਵੱਛ ਰਹਿ ਸਕੇ ਥੈਂਕ ਯੂ ਸਰ